ਸਾਸ ਭੈ ਵਲੀ ਚੁ ਉੱਠਿਆ ਸਲ ਵਰਸ ਪੂਨਾ ਤੇਈ ਸਾਲਾਂ ਦੀ ਐ ਜ਼ਿੰਦਗੀ ਕੱਢ ਦਿੱਤੀ ਕੋਈ ਜਨੂਨਾ ਆਓ ਮਹੀਨੇ ਵਿੱਚ ਗੀਤ ਕੱਢ ਬਣਿਆ ਸਟਾਰ ਕਹਿੰਦਾ ਜਣੇ ਖੜਿਆ ਹਾਂ ਫਰੈਸ਼ ਏਅਰ ਕਿਆ ਬਾਤ ਹੈ ਦਿੱਲੀ ਦਿੱਲੀ ਦਿਲ ਵਾਲੋ ਕੀ ਵੈਲਕਮ ਟੂ ਦਿੱਲੀ ਲੈ ਮੇਰਾ ਬੱਚਾ ਮਨੀ ਵੀ ਪੀਕ ਕਰ ਦੇ ਆ ਹਾ ਹਾ ਹਾਂ ਓ ਭਾਈ ਭਾਈ ਦੇਖ ਕੇ ਯਾਰ ਦੇਖ ਕੇ ਆ ਦੇ ਮੋ ਭਾਈ ਓ ਤੋ ਸ਼ਿਟ ਪਿੱਛੇ ਦੀ ਕਰਦਾ ਵਾਪਸੀ ਤਾਂ ਬੋਲੋ ਖਾ ਯਾਰ ਅੰਦਰ ਗੱਡੀ ਨਹੀਂ ਉੱਧਰ ਲਾ ਦਾਂਗਾ ਮੈਂ ਪੀਐਨਬੀ ਤਾਂ ਸਿੱਧੀ ਲਿਆਉਂਗੀ ਨਾ ਪੀਐਨਬੀ ਤੋਂ ਲਿਆਉਂਗੀ ਕੈਨੇਡਾ ਚ ਕਾਰ ਸ਼ੇਅਰ ਰੋਡ ਸ਼ੇਅਰ ਕਰਨੀ ਸਾਈਕਲਾਂ ਵਾਲਿਆਂ ਨਾਲ ਇੱਥੇ ਜਾਨਵਰਾਂ ਨਾਲ ਵੀ ਸ਼ੇਅਰ ਕਰਨੀ ਪੈਂਦੀ ਰੋਡ ਕਈ ਵਾਰੀ ਸਿਕਿਉਰਿਟੀ ਜ਼ਰੂਰੀ ਆ ਫਿਰ ਅੱਧੀ ਸਰਟੀਫਿਕੇਟ ਮਿਲਣੇ ਟਰਾਫੀਆਂ ਸ਼ੀਲਡਾਂ ਬਹੁਤ ਕੁਝ ਮਿਲਣਾ ਬਹੁਤ ਕੁਝ ਮਿਲਣਾ ਇਹਨਾਂ ਨੂੰ ਉੱਥੇ ਜਾਂਦੇ ਹੋ ਖੋਲ ਲੈਣ ਕੁਛ ਦੇਖ ਕੇ ਬਾਈ ਮੋਟਰਸਾਈਕਲ ਵਾਲਾ ਹਾਂ ਦੇਖ ਲੈ ਫਸ ਗਈ ਉਹਦੀ ਬਾਈਕ ਤੇ ਉਹ ਸ਼ੇ ਉਹ ਮਾਮਾ ਕੋਲ ਲੱਗ ਗਈ ਨਹੀਂ ਤਾਂ ਡਿੱਗ ਡਿੱਗ ਕੇ ਸਵਾਰ ਹੁੰਦੀ ਹੈ ਮਾਰੋ ਬਬਲੂ ਗੱਡੀ ਲੈ ਕੇ ਆਉਂਦਾ ਉਹ ਕਿਵੇਂ ਚਲਾਉਂਦਾ ਫਿਰ ਬਸ ਤੂੰ ਪੁੱਛਣਾ ਬਬਲੂ ਦਾ ਬਸ ਥੱਲੇ ਤਾਂ ਮਨੀ ਦੇ ਮਨੀ ਉਹਨਾਂ ਦੇ ਕੋਠੇ ਤੋਂ ਕੱਢ ਲਵੇ ਇੱਕ ਸੜਕ ਨਹੀਂ ਜਿਸ ਹਿਸਾਬ ਨਾਲ ਉਹ ਚਲਾਉਂਦਾ ਹੋਣਾ ਹੌਲੀ ਹੌਲੀ ਉਸ ਹਿਸਾਬ ਨਾਲ ਤਾਂ ਉਹਨੂੰ ਸਟੇਅ ਬੜੀਆਂ ਕਰਨੀਆਂ ਪੈਂਦੀਆਂ ਹੋਣੀਆਂ ਪਹਿਲਾ ਸਪੋਟ ਆ ਗਿਆ ਐਨ ਐਸ ਪੀ ਫਸਟ ਡੇ ਇਨ ਦਿੱਲੀ Oh,
ਤੇ ਇੱਥੇ ਹੈਗਾ ਖਾਣ ਪੀਣ ਨੂੰ ਮਾਰਕੀਟ ਜੀ ਆ ਕੰਪਲੈਕਸ ਜੇ ਬਣੇ ਹੋਏ ਆ ਤੇ ਖਾਣ ਪੀਣ ਨੂੰ ਬਹੁਤ ਕੁਛ ਮਿਲਦਾ ਹੁਣ ਆਪਾਂ ਸਭ ਤੋਂ ਪਹਿਲਾਂ ਟਰਾਈ ਕਰਾਂਗੇ ਟਿੱਕੀ ਚਾਟ ਟਿੱਕੀ ਆਰਡਰ ਕੀਤੀ ਆ ਟਿੱਕੀ ਛੋਲੇ ਕੁਲਚੇ ਹਾਂ ਛੋਲੇ ਕੁਲਚੇ ਵੀ ਆ ਤੇ ਦਹੀਂ ਭੱਲੇ ਆ ਦਹੀਂ ਭੱਲੇ ਖਾਵਾਂਗੇ ਸਰੀ 'ਚ ਮਿਲਦੇ ਆ ਪਰ ਉਹ ਗੱਲ ਜੀ ਹੈ ਨਹੀਂ ਉਹ ਟੇਸਟ ਜਿਹਾ ਹੈ ਨਹੀਂ ਉਹ ਦੇ ਆ ਗਏ ਕਿਆ ਬਾਤ ਹੈ ਸਮਝ ਆ ਗਏ ਦਹੀਂ ਭੱਲੇ ਟਿੱਕੀ ਓ ਵਾਓ ਓ ਮੈਨ ਆ ਗਈ ਡਿਲੀਸ਼ੀਅਸ ਆ ਗਈ ਦਹੀਂ ਭੱਲੇ ਓ ਵਾਓ ਟਿੱਕੀ ਇਹ ਦਹੀਂ ਭੱਲੇ ਇਹ ਆ ਟੇਸਟ ਇਹਨੂੰ ਕਹਿੰਦੇ ਆ ਬਾਈ ਜੀ ਟੇਸਟ ਆ ਟੇਸਟ ਆ ਯਾਰ ਪੰਜਾਬੀ ਟੇਸਟ ਦਹੀਂ ਵਾਲੇ ਉਹੀ ਦਹੀਂ ਤੁਸੀਂ ਦੇਈ ਜਾਂਦੇ ਹੈ ਆ ਵਾ ਕੁਲਚਾ ਉਹ ਮੈਨ ਕੁਲਚਾ ਵੀ ਆ ਗਿਆ ਵਾ ਟਿਸ਼ੂ ਵੀ ਆ ਗਏ ਟਿਸ਼ੂ ਆ ਗਏ ਯਾਰ ਟਿਸ਼ੂ ਆ ਗਏ ਆ ਸਹੀ ਚੀਜ਼ ਹੈ ਕਹਿੰਦੇ ਕਰਾਓ ਬਸ ਮੇਰੀ ਸ਼ਾ ਇੰਜੋਏ ਕਰ ਰਹੀ ਹੈ ਜਹਾਂ ਵੀ ਮੈਂ ਪੜਿਆ ਤੁਸੀਂ ਛੱਡ ਦੋ ਮੈਨੂੰ ਵਾ ਸਵਾਦ ਆ ਸਹੀ ਚੀਜ਼ ਆ ਤੁਹਾਡਾ ਪਿਓ ਵੀ ਬੈਠਾ ਇੱਥੇ ਹੈਲੋ ਹਾਂ ਪ੍ਰਧਾਨ ਠੀਕ ਹੈ ਵਧੀਆ ਨਹੀਂ ਯਾਰ ਪਾਈ ਨਹੀਂ ਹੈ ਪਾਈ ਲਈ ਨਹੀਂ ਆ ਸਕਦਾ ਹੁਣ ਆਪਾਂ ਟਰਾਈ ਕਰਾਂਗੇ ਟਿੱਕੀ ਟਿੱਕੀ ਖਾ ਕੇ ਦੇਖਦੇ ਹਾਂ ਟਿੱਕੀ ਕਿੱਦਾਂ ਦੀ ਆ ਕੁੱਕੇ ਦੇ ਚਮਕਾਰੇ ਗੱਭਰੂ ਦੇ ਪਿੰਡ ਵਿੱਚ ਕੋਈ ਨਾ ਕੋਈ ਬੰਦਾ ਟਿੱਕੀ ਬਹੁਤ ਸਵਾਦ ਆ ਯਾਰ ਕੁਲਚਾ ਨਹੀਂ ਖਾਧਾ ਜੇ ਇਹ ਕੁਲਚਾ ਵੀ ਬਾਕੀ ਆ ਕੀ ਬਾਤ ਯਾਰ ਫੂਡ ਦਾ ਆਹ ਬਸ ਜੀ ਕੀ ਆਹ ਚਟਪਟਾ ਫੂਡ ਆ ਜਿੰਨੀ ਖੂਬਸੂਰਤ ਹੈ ਕਨੇਡਾ ਤੋਂ ਵੀ ਫੂਡ ਦੇ ਮਾਮਲੇ 'ਚ ਹਾਂ ਕਨੇਡਾ ਫੇਲ ਆ ਫੂਡ ਦੇ ਮਾਮਲੇ ਗੱਲਬਾਤ ਦਿੱਲੀ ਵਧੀਆ ਫੂਡ ਦੇ ਮਾਮਲੇ ਹੁਣ ਨੈਕਸਟ ਹੈਗੀ ਆ ਆਪਣੇ ਕੋਲ ਕੁਲਚੇ ਠੀਕ ਬਣੇ ਬਹੁਤ ਸਵਾਦ ਕਿਵੇਂ ਟੇਸਟ ਓਹੋ ਧਿਆਨ ਨਾਲ ਉੱਥੇ ਰੱਖ ਕੇ ਲੋ ਰੱਖ ਕੇ ਖਾਓ ਬੰਦੇ ਦਾ ਟਿੱਕੀ ਸਾਰੀ ਚੀਜ਼ਾਂ ਬੈਸਟ ਆ ਸੱਚੀ ਬੈਸਟ ਆ ਯਾਰ ਬਾਹਲੀ ਸਵਾਦ ਆ ਵਾਹ ਮਜ਼ਾ ਆ ਗਿਆ ਕੁਲਚਾ ਵੀ ਹਾਂ ਕੁਲਚਾ ਵੀ ਗਜ਼ਬ ਹੈ ਹਰ ਇੱਕ ਚੀਜ਼ ਗਜ਼ਬ ਹੈ ਇੱਥੇ ਦੀ ਕੀ ਜਗ੍ਹਾ ਨਾ ਐਨ ਐਸ ਪੀ ਨੇਤਾ ਜੀ ਸੁਭਾਸ਼ ਪੈਲੇਸ
ਜੀ ਯਾਰ ਇਹਨਾਂ ਨੇ ਆਹ ਜਿਹੜੇ ਨਾਲ ਪਿਆਜ਼ ਦਿੱਤੇ ਆ ਨਾ ਚਟਨੀ ਨਾਲ ਬਾਲੇ ਸਹੀ ਆ ਹੈਲੋ ਨਹੀਂ ਨਹੀਂ ਬਸ ਮੈਂ ਬਸ ਬਸ ਆ ਗਈ ਪਿੱਛੇ ਭਾਈ ਜੀ ਭਾਜੀ ਫੂਡ ਯੂ ਕਮ ਹੇਅਰ ਐਂਡ ਈਟ ਇਹ ਆ ਕੁਲਚਾ ਹਮਰਾ ਸਾਰੀ ਕੁਲਚਾ ਗਜ਼ਬ ਹੈ ਗਜ਼ਬ ਨਹੀਂ ਕੁਛ ਹੋਰ ਖਾਣੇ ਕੁਛ ਹੋਰ ਕੁਛ ਹੋਰ ਕੁਲਚਾ ਕਿੱਥੇ ਆ ਜਿਹੜਾ ਨਾਮ ਮੈਂ ਲਿਖਿਆ ਸੀ ਉਹੀ ਆ ਕਿਆ ਬਾਤ ਹੈ ਪਹਿਲਾਂ ਤੁਸੀਂ ਸਾਰੇ ਟਰਾਈ ਕਰ ਲੋ ਹੈਗਾ ਆਪਣੇ ਕਿਆ ਬਾਤ ਹੈ ਫਿਰ ਲੁਧਿਆਣੇ ਚੱਲਾਂਗੇ ਲੁਧਿਆਣੇ ਕਿਆ ਬਾਤ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਬਹੁਤ ਸਵਾਦ ਸ਼ਾਲਾ ਡੋ ਮੈਂ ਗੈਂਗ ਦਿੱਲੀ ਉਹਨੇ ਉਹਨੇ ਰੈਕਮੈਂਡ ਕੀਤਾ ਸੀਗਾ ਕਹਿੰਦੀ ਕਿ ਕਮੈਂਟ ਜ਼ਰੂਰ ਜਾਈ ਬਹੁਤ ਸਵਾਦ ਪਿਓਰ ਵੈਜੀਟੇਰੀਅਨ ਵੈਜੀਟੇਰੀਅਨ ਇਹ ਵੀ ਕਮਾਲ ਆ ਜ਼ਬਰਦਸਤ ਆ ਇੰਡੀਅਨ ਪਿਓਰ ਵੈਜੀਟੇਰੀਅਨ ਸ਼ਾਮਿਲ ਸਵਾਦ ਹੈ ਬਹੁਤ ਜ਼ਿਆਦਾ ਸਪਾਈਸੀ ਆ ਅਤੇ ਸਪਾਈਸੀ ਆ ਪਿਆਜ਼ ਸਭ ਕੁਝ ਵਧੀਆ ਵਧੀਆ ਵਾ ਕਿਲਾ ਦੇ ਕਮਾਲ ਆ ਓਏ ਆਬੂ ਮੈਨੂੰ ਵੀ ਦੇ ਯਾਰ ਕੁਇੰਟਰਸ ਕੁਇੰਟਰਸ ਦੇ ਯਾਰ ਤੁਸੀਂ ਨਾ ਵੀ ਉਹ ਡਰਾਈਵ ਕਰਨਾ ਤੁਸੀਂ ਨਹੀਂ ਉਹ ਸ਼ੇਕ ਅੱਧਾ ਨਹੀਂ ਹੈ ਵੈਸੇ ਲੱਗਦਾ ਅੱਛਾ ਕੋਈ ਨਸ਼ਾ ਨਹੀਂ ਉਹਦੇ ਵੈਜੀਟੇਰੀਅਨ ਮਿਲਕ ਸ਼ੇਕ ਹੈ ਲੋ ਨਹੀਂ ਹੈ ਕਿਆ ਕੁਇੰਟਰ ਲੁਧਿਆਣੇ ਫਿਰ ਤਾਂ ਜਲਵਾ ਹੋਗਾ ਫਿਰ ਤਾਂ ਇੰਨਾ ਕੁਛ ਤਾਂ ਕੀ ਕਰਨਾ ਸੀਗਾ ਨਹੀਂ ਪਾਸਤਾ ਤਾਂ ਭਾਵੇਂ ਰਹਿਣ ਦਿੰਦੇ ਬੈਠੀ ਆਪਾਂ ਕਿਤੇ ਮਾੜਾ ਬਹਿ ਜਾਂਦੇ ਪ੍ਰਧਾਨ ਆਪ ਲਾ ਯਾਰ ਇਹ ਗਜ਼ਬ ਆ ਗਜ਼ਬ ਆ ਸਹੀ ਹੈ ਸਹੀ ਹੈ ਵਾਹ ਦਿਖਾਓ ਕੀ ਹੈ ਚਿੱਲੀ ਪਨੀਰ ਹੈ ਚੀਜ਼ ਚਿੱਲੀ ਚਿੱਲੀ ਪਨੀਰ ਚੀਜ਼ ਪਨੀਰ ਟਰਾਈ ਕਰਦੇ ਹਾਂ ਬਹੁਤ ਪਸੰਦ ਹੈ
ये भी सही चीज है राजा भाई वाह क्या बात है ਹੁਣ ਬਾਈ ਜੀ ਇਹ ਦੱਸੋ ਤੁਹਾਡੀ ਥਕਾਵਟ ਲੱਥੀ ਕਿ ਨਹੀਂ ਲੱਥੀ ਹਾਂ ਹੁਣ ਲੱਥ ਗਈ ਹੁਣ ਲੱਥ ਗਈ ਇਹੀ ਤਾਂ ਇਹ ਤੇ ਕਰਕੇ ਤਾਂ ਆਏ ਹੁਣ ਤਾਂ ਆਇਆ ਦਿੱਲੀ ਆਏ ਹਾਂ ਜੀ ਵੀ ਬਹੁਤ ਖੂਬਸੂਰਤ ਮਾਸ਼ਾਅੱਲਾ ਬਹੁਤ ਖੂਬਸੂਰਤ ਇਨਸ਼ਾਅੱਲਾ ਆਪਕੋ ਅੱਲਾ ਕਰੇ ਬਸ ਹਰ ਦਿਨ ਹਾਂ ਬਸ ਸਭੀ ਦਿਨ ਇਹੀ ਕੁਝ ਹੋ ਬਸ ਸਭੀ ਦਿਨ ਐਸੀ ਰਹੇ ਐਸੀ ਇੱਕ ਮਹੀਨਾ ਆਗੇ ਇੱਕ ਮਹੀਨਾ ਆਨੇ ਵਾਲੇ ਇੱਕ ਇੱਕ ਮਹੀਨੇ ਦੇ ਇੱਕ ਪਲ ਆਪਕੋ ਇਹੀ ਮਿਲੇ ਐਸੀ ਚੀਜ਼ੇ ਖਾਣੇ ਕੋ ਮਿਲੇ ਹਾਂ ਮਿਲੇ ਮਿਲੇ ਜ਼ਰੂਰ ਮਿਲੇ ਕੈਨੇਡਾ ਮੇ ਜਾ ਕੇ ਵੈਨਕੂਵਰ ਮੇ ਸਰੀ ਮੇ ਜਾ ਕੇ ਆਪ ਇੱਕ ਬ੍ਰਾਂਚ ਖੋਲ ਸਰੀ ਵਾਲੇ ਦਾ ਟਾਈਮ ਪਾਸ ਹੀ ਕਰੀ ਜਾਂਦੇ ਆ ਸਰੀ ਵਾਲੇ ਟਾਈਮ ਪਾਸ ਨਾ ਕਰੋ ਇੰਡੀਆ ਆਓ ਹਾਂ ਟਾਈਮ ਯਾਰ ਸਿੱਖੋ ਕੁਝ ਐਨਐਸਪੀ ਆਓ ਸਿੱਖੋ ਐਨਐਸਪੀ ਆਓ ਐਨਐਸਪੀ ਗੱਲਾਂ ਰਹੀਆਂ ਹੀ ਨਹੀਂ 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 ਬਹੁਤ ਇੱਥੇ ਪਿਆਰ ਹੀ ਬਹੁਤ ਹੈ ਗੱਡੀ ਗੱਡੀ ਤੇ ਚੜੀ ਹਾਂ ਉਹ ਬਾ ਮਨੀ ਜੀ ਜਾਈ ਬੁਲਾ ਵਾਹ ਬਹੁਤ ਖੂਬਸੂਰਤ ਸਰੀ ਵਾਲੇ ਦਾ ਟਾਈਮ ਪਾਸ ਹੀ ਕਰਦੇ ਆ ਉਹ ਬਸ ਉਹਨਾਂ ਦਾ ਕਹਦਾ ਫੂਡ ਉਹਦਾ ਮਿੱਠੀਆਂ ਚੀਜ਼ਾਂ ਖਾਂਦੇ ਆ ਹਾਂ ਮਿੱਠੀਆਂ ਫਿਰ ਕਹਿੰਦੇ ਸ਼ੂਗਰ ਹੋ ਗਈ ਭਾਈ ਡਾਇਬੀਟੀਜ਼ ਦਾ ਪੇਸ਼ੈਂਟ ਹੋ ਜਾਂਦੇ ਤੁਸੀਂ ਹਾਂ ਥੋੜਾ ਜਿਹਾ ਚੀਜ਼ਾਂ ਦਾ ਆਹ ਨੇ ਚੀਜ਼ਾਂ ਦਾ ਆ ਬੰਦਾ ਕਹਿ ਨਹੀਂ ਸਕਦਾ ਕਿ ਫੁੱਫੜ ਕਾ ਅੱਗ ਮੂੰਹ ਚ ਪਾ ਗਏ ਹੋ ਮੈਂ ਕੀ ਬਾਤ ਹੈ ਮਾਸ਼ਾਅੱਲਾ ਬਹੁਤ ਹੈ ਕਿ ਜਿਹੜੀ ਠੰਡ ਚ ਵੀ ਗਰਮੀ ਲਾਵੇ ਹਾਂ ਠੰਡ ਚ ਆਉਂਦਾ ਨਾ ਨਜ਼ਾਰਾ ਵਾ ਹਾਂ ਇੱਕ ਤਾਂ ਵੈਦਰ ਬਹੁਤ ਸੋਹਣਾ ਸੋ ਸਰੀ ਵਾਲਿਆਂ ਨੂੰ ਰਿਕੁਐਸਟ ਆ ਕਿ ਇੰਡੀਆ ਵਿਜ਼ਿਟ ਕਰੋ ਟਾਈਮਲੀ ਵਿਜ਼ਿਟ ਕਰਿਆ ਕਰੋ ਇੱਕ ਤਾਂ ਕਲਚਰ ਨਾਲ ਜੁੜੇ ਰਹੋਗੇ ਸਹੀ ਗੱਲ ਆ ਦੂਜਾ ਤੁਹਾਡੇ ਚ ਪਿਆਰ ਵਧੇਗਾ ਸਾਰਿਆਂ ਦਾ ਉਹੀ ਤਾਂ ਗੱਲ ਨਹੀਂ ਮਿਲਨੇ ਜਾਂਦੇ ਵਿੱਚ ਪਾਸਾ ਤਾਂ ਹਰ ਕੋਈ ਕਮਾ ਲੂ ਨਾ ਬਸ ਤਾਂ ਹੀ ਤਾਂ ਤੁਰੇ ਫਿਰਦੇ ਇੱਥੇ ਆਪਾਂ ਦੇ ਤਾਂ ਹੀ ਤਾਂ ਤੁਰੇ ਫਿਰਦੇ ਹੈ ਨਹੀਂ ਕੁਛ ਵੀਰੇ ਛੋੜੂ ਹੈ ਨਹੀਂ ਸਰੀ ਦੇ ਵਿੱਚ ਕੁਛ ਸਾਰੀਆਂ ਜਗ੍ਹਾ ਬੰਦ ਐਨਐਸਪੀ ਐਨਐਸਪੀ ਬਾ ਇਹੀ ਮੇਨ ਹੈ ਐਨਐਸ ਕੁੱਤ ਡਿਓ ਰਹਿ ਗਈ ਗਿਆ ਚਿੱਕੂ ਪਰ ਫਿਰ ਪਿਆਰ ਸੀ ਕੱਲਾ ਆਇਆ ਆ ਗਈ ਆਲਾ ਚੱਕ 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 ਲੋ ਭਾਈ ਕਰ ਲਿਆ ਮੂੰਹ ਮਿੱਠਾ ਕਹਿ ਦਰਸ਼ਨ ਫੁੱਪੜ ਅਸਲੀ ਚੀਜ਼ ਤਾਂ ਇਹ ਆ ਮੇਨ ਮੇਨ ਤਾਂ ਆਹ ਵਾ ਬਾਕੀ ਤਾਂ ਸਾਰੇ ਉਹੀ ਤੁਰੇ ਫਿਰਦੇ ਆ ਬਹੁਤ ਜ਼ਬਰਦਸਤ ਚੀਜ਼ ਆ ਕੀ ਕਹਿਣਾ ਕੀ ਕਹਿਣਾ ਫੁੱਪੜ ਧੰਨ ਧੰਨ ਕਰਾਤੀ ਬਈ ਬੰਦੇ ਨੇ ਬਾਈ ਨੇ ਗਰਮ ਗਰਮ ਪਨੀਰ ਮੂੰਹ ਚ ਪਾ ਕੇ ਉੱਤੋਂ ਕਹਿਤਾ ਫੁੱਫੜ ਸਹੀ ਆ ਭਾਈ ਮਜ਼ਾ ਆ ਗਿਆ ਚੀਜ਼ ਚੀਜ਼ ਹੁਣ ਭੈਣ ਨੂੰ ਮੈਂ ਇੱਥੇ ਆ ਗਿਆ ਆਪ ਦੇ ਇੱਥੇ ਆਈ ਇੱਥੇ ਹੁਣ ਏਅਰਪੋਰਟ ਤੋਂ ਸਿੱਧਾ ਇੱਥੇ ਆ ਗਿਆ ਸਿੱਧਾ ਇੱਥੇ ਬਸ ਘਰੇ ਜਾ ਕੇ ਕੀ ਕਰਨਾ ਹੁਣ ਇੱਥੇ ਆ ਆਹੀ ਨਾ ਮੇਨ ਜਗ੍ਹਾ ਦਿੱਲੀ 'ਚ ਸੈਟਰਡੇ ਔਰ ਸੰਡੇ ਹਾਂ ਇਹ ਭਾਈ ਜਗ੍ਹਾ ਦੇਖਣ ਵਾਲੀ ਹੈ ਬਸ ਤੁਸੀਂ ਬਚਾਅ ਆਪਣਾ ਆਪ ਹੀ ਕਰਨਾ ਹਾਂ ਬਗਾਨੀ ਦਾ ਹੱਥ ਫੜਿਆ ਉਹੀ ਦੁਕਾਨ ਸੀ ਸਾਹਮਣੇ ਕਿਹੜੀ ਅੱਛਾ ਗਿਆਨੀ ਦੁਕਾਨ ਮੈਂ ਕਿਸੇ ਹੋਰ ਹੀ ਤੀਵੀਂ ਦਾ ਹੱਥ ਫੜ ਲਿਆ ਉਹ ਮੁੜ ਕੇ ਮੇਰੇ ਵੱਲ ਦੇਖਿਆ ਮੈਂ ਕਿਹਾ ਭੈਣ ਜੀ ਮੈਂ ਤਾਂ ਖਾਣੀ ਨਹੀਂ
ਕਿਉਂਕਿ ਮੈਂ ਤਾਂ ਕੁਲਫੀ ਖਾਂਦਾ ਹੀ ਨਹੀਂ ਮੈਂ ਤਾਂ ਖਾਂਦਾ ਹੀ ਨਹੀਂ ਮੈਂ ਤਾਂ ਰੇਸ਼ਾ ਹੋ ਜਾਂਦੀ ਥੋੜੇ ਗਿਆਨੀ ਨੇ ਕੁਲਫੀ ਖਾਣੀ ਨਾ ਨਾ ਗਿਆਨੀ ਦੇ ਜਾਣ ਦਾ ਮਤਲਬ ਹੈਗਾ ਤੁਸੀਂ ਆਹ ਦੇਖੋ ਹੱਥ ਤੋੜ ਕੇ ਰੇਸ਼ਾ ਹੋ ਜਾਂਦਾ ਆਪਾਂ ਮਿਹਨਤ ਵਾਲੀ ਗੱਲ ਆ ਗਲਾ ਖਰਾਬ ਹੋ ਜਾਂਦਾ ਗਿਆਨੀ ਦੀ ਕੁਲਫੀ ਦਾ ਉਹ ਸਾਨੂੰ ਸੂਟ ਨਹੀਂ ਕਰਦੀ ਸੂਟ ਨਹੀਂ ਕਰਦੀ ਅਲਰਜੀ ਆ ਅਲਰਜੀ ਆ ਅਲਰਜੀ ਆ ਹਾਂ ਰੇਸ਼ਾ ਨਾਲ ਹੀ ਹੋ ਜਾਂਦਾ ਆਹ ਦੇਖੋ ਬਾਈ ਜੀ ਲੋਕੀ ਸ਼ਹਿਰ ਚ ਹੱਥ ਧੋਂਦੇ ਆ ਡਸਟ ਵੀ ਚੱਕ ਪਾਉਂਦੇ ਇਹ ਚੀਜ਼ਾਂ ਲੱਭਣੀ ਆ ਦੇ ਲੈ ਆ ਦੇ ਆ ਦੇ ਆ ਚੱਕ ਆ ਥੋੜੀ ਲੱਭਣਾ ਕਿਤੇ ਆ ਕੈਨੇਡਾ ਲੱਭਣਾ ਨਾ ਸਰੀ ਕਦੇ ਨਹੀਂ ਲੱਭ ਸਕਦਾ ਨਾ ਸਟਾਰ ਵੈਸਟ ਮਾਈ ਇੰਡੀਆ ਇਜ਼ ਬੈਸਟ ਸਾਡਾ ਦਿੱਲੀ ਬੈਸਟ ਆ ਵੀਰੇ ਦਿੱਲੀ ਬੈਸਟ ਦਿੱਲੀ ਪੈਂਦੀ ਆ ਗੇਮ ਤੂੰ ਸੌਰੀ ਜਾਣ ਕੇ ਠੰਡਾ ਪਾਣੀ ਲੱਗਿਆ ਸੀ ਪੀਣ ਲਈ ਹੁਣ ਫੋਰ ਦਾ ਅਨਦਰ ਰਾਊਂਡ ਦੂਜੇ ਰਾਊਂਡ ਦੇ ਲਈ ਕਿਹਦੇ ਜਾਣਾ ਗਿਆਨੀ ਜੀ ਦੇ ਭਾਜੀ ਹੋਣਾ ਕਿ ਇੱਧਰ ਹਲਵਾ ਵੀ ਆ ਗਜਰੇਲੇ ਦਾ ਇੱਧਰ ਮੈਂ ਤਾਂ ਲੰਮੂ ਪਤਾ ਨਹੀਂ ਜਿਹੜੀ ਰੈਕਮੈਂਡ ਕਰਦੇ ਹਲਵਾ ਖਵਾ ਦਿਓ ਅੰਦਰ ਆ ਕੇ ਆ ਗਿਆ ਚਾਕਲੇਟ ਨਹੀਂ ਦੀ ਬੇਟਾ ਜਾਂ ਫਿਰ ਨਹੀਂ ਚਾਕਲੇਟ ਨਹੀਂ ਬੇਟਾ ਕੁਝ ਹੋਰ ਲੈ ਲਓ ਖਾਓ ਭਾਈ ਜੀ ਬਟਰ ਸਕੌਚ ਬੜੀ ਸਵਾਦ ਆ ਬਟਰ ਸਕੌਚ ਮਜ਼ਾ ਆ ਗਿਆ ਭਾਜੀ ਭਾਜੀ ਕੀ ਸ਼ੱਕ ਰਹੇ ਆ ਗਾਜਰ ਦਾ ਹਲਵਾ ਟਰਾਈਆਂ ਲੈਂਦੇ ਆ ਟਰਾਈਆਂ ਉਹ ਆ ਗਈ ਕਿਆ ਬਾਤ ਅੰਦਰੋਂ ਲਿਆਇਆ ਦੇਖ ਲੈ ਸਪੈਸ਼ਲ ਅੰਦਰੋਂ ਲਿਆਇਆ ਵਾ ਭਾਈ ਦੇਖ ਲਓ ਅੰਦਰੋਂ ਕੁਛ ਹੋਰ ਹੀ ਨਾਮ ਮੈਨੂੰ ਲੱਗਿਆ ਮਣੀ ਦੀਦੀ ਕਿੱਦਾਂ ਖੜੀ ਆ ਆਪਣੇ ਭੁਲੇਖੇ ਮੈਂ ਹੱਥ ਫੜਿਆ ਚਲੀਏ ਆਪਾਂ ਦੇਖਿਆ ਮੈਂ ਮੁੜ ਕੇ ਦੇਖਿਆ ਕਿਸੇ ਹੋਰ ਦੀ ਸੀ ਵੀ ਮੈਂ ਕਿਹਾ ਗਲਤੀ ਹੋ ਗਈ ਮੈਂ ਤਾਂ ਮੈਂ ਤਾਂ ਕਿਹੜੀ ਆ ਬਰਾਊਨੀ ਵਾਲੀ ਬਰਾਊਨੀ ਵਾਲੀ ਆ ਬਰਾਊਨੀ ਵਾਲੀ ਤੂੰ ਨਾ ਕੁਛ ਖਾਈ ਕੱਦੂ ਉਹ ਰਾਵੀ ਰਾਵੀ ਉਧਰ ਗਈ ਆਬੂ ਰਾਵੀ ਕਰੋ ਰਾਵੀ ਕਰੋ ਜੰਨਤ ਹੈ ਜੰਨਤ ਗੱਦੂ ਬਾਰ ਬੜੀ
ਰਬੜੀ ਫਲੇਵਰ ਬਹੁਤ ਪਸੰਦ ਉਹ ਅੱਛਾ ਸੇਮੀਆਂ ਵਿੱਚ ਆਈਸਕ੍ਰੀਮ ਹਾਂ ਜਿਹੜੀਆਂ ਆਪਣੀਆਂ ਬੀਬੀ ਵਾਲੀਆਂ ਵੱਟੀਆਂ ਸੇਮੀਆਂ ਚ ਖੋਆ ਪਾ ਲਓ ਹਾਂ ਆ ਗੱਦੇ ਨੂੰ ਪਤਾ ਲੱਗ ਗਿਆ ਕਹਿ ਰਹੀ ਹਾਂ ਹੋਰ ਦੇ ਵਾਹ ਹਲੋ ਬੇਟਾ ਹੋਰ ਕਿਹੜੀ ਆ ਗਈ ਉਹ ਵਾਹ 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 ਜਗ੍ਹਾ ਹੈ ਨਹੀਂ ਮੇਰੇ ਟਾਕੂ ਬਹੁਤ ਨੇ ਇੱਥੇ ਮੁੰਡਾ ਦਾ ਹਲਵਾ ਕਿਤੇ ਉਹ ਅਰਜ਼ ਨਾ ਕਰ ਦੇ ਇੱਕ ਮਿੰਟ ਮੈਂ ਟਾਈਮ ਹੋ ਗਿਆ ਬਬਲੂ ਬਬਲੂ ਤਾਂ ਪੈ ਗਿਆ ਨਾ ਜੀ ਹੁਣ ਤੱਕ ਦਾ ਟਾਈਮ ਬਬਲੂ ਦਾ ਪੈ ਜੇ ਹਿਸਾਬ ਨਾਲ ਪੈਟਮਾ ਖਾਧੀਆਂ ਨੇ ਬਬਲੂ ਨੂੰ ਤਾਂ ਪੈ ਗਿਆ ਸੀ ਟਾਈਮ ਮਰੇ ਕਹਿਣਾ ਸੀ ਯਾਰ ਰੁਕ ਜਾ ਮਰੇ ਤੇ ਵੀ ਬਬਲੂ ਨੇ ਕਹਿਣਾ ਮੈਂ ਚਾ ਟਾਈਮ ਚੱਕਣਾ ਚਲੀਏ ਇਹ ਥਾ ਐਨ ਐਸ ਪੀ ਕਾ ਸਫ਼ਰ ਨਹੀਂ ਯਾਰ ਥੈਂਕ ਯੂ ਪਾਨ ਨਹੀਂ ਬਸ ਮੈਂ ਫੁੱਲ ਹਾਂ ਨਹੀਂ ਨਹੀਂ ਆਮ ਵੈਜੀਟੇਰੀਅਨ ਮੈਂ ਖਾ ਕੇ ਤੇ ਦੇ ਨਹੀਂ ਨਹੀਂ ਫੁੱਲ ਹਾਂ ਸੱਚੀ ਮੈਨੂੰ ਫੁੱਲ ਹਾਂ ਯਾਰ ਹੁਣ ਥਾ ਨਹੀਂ ਹੈਗੀ ਇਹ ਥਾ ਐਨ ਐਸ ਪੀ ਕਾ ਸਫ਼ਰ ਬਹੁਤ ਖੂਬਸੂਰਤ ਮਾਸ਼ਾ ਅੱਲਾਹ ਬਹੁਤ ਅੱਛਾ ਥਾ ਯਹਾਂ ਪਰ ਬਹੁਤ ਅੱਛਾ ਥਾ ਨਾ ਬਹੁਤ ਅੱਛਾ ਥਾ ਹਾਂ ਚਾਕਲੇਟ ਪਾਨ ਨਹੀਂ ਯਾਰ ਸੱਚੀ ਮੈਨੂੰ